सुजानपुर के एमसी रोड का निर्माण कार्य पिछले दो दिन से बंद पड़ा है, जिसके चलते दुकानदारों को काफी दिक्कतों का सामना करना पड़ रहा है। जानकारी देते हुए दुकानदारों ने कहा कि इस काम को पूरा होने में समय बहुत लग रहा है, जिसके कारण उनकी दुकानदारी प्रभावित हो रही है। आने जाने वाले राहगीर हर रोज गिरकर हादसे का शिकार हो रहे हैं। दुकानों पर ग्राहक न आने से मंदी आ रही है, जिसके चलते स्थानीय दुकानदारों ने नगर कौंसिल सुजानपुर के विरुद्ध रोष प्रदर्शन किया और निर्माण कार्य जल्द पूरा करने की मांग की। नगर कौंसिल, नगर कौंसिल, नगर कौंसिल, ये मांग है कि ये देखो सारे वीर भरा जिन्हें भी है ने, ये दुकानदारी के ऊपर डिपेंड करते ने, एक भी गाहक शहर के अंदर एंटर नहीं कर रहा। रोड का हालात देखो, देखो हालात भाई, हालात दिखाओ रोड से, पहले दिखाओ रोड के हालात इन्हों। ਤੁਸੀਂ ਭਾਜੀ ਹਾਲ ਦੇਖ ਲਿਆ ਸਾਰਿਆਂ ਨੇ। ਇਹ ਪੀਸੀ ਰੋਡ ਹੀ ਜਿਹੜਾ ਸੁਜਾਨਪੁਰ ਦਾ, ਜਿਹੜਾ ਕਿ ਮਾਤਰ ਦੋ ਜਾਂ ਤਿੰਨ ਦਿਨ ਦੇ ਵਿੱਚ ਕੰਪਲੀਟ ਹੋ ਸਕਦਾ ਸੀ, ਪਰ ਮੈਨੂੰ ਨੀ ਪਤਾ ਵੀ ਗੌਰਮੈਂਟ ਨੂੰ ਕਿਹੜਾ ਲਾਲਚ ਹੈ ਜਾਂ ਸਾਡੇ ਲੋਕਾਂ ਦਾ ਦਿੱਤਾ ਹੋਇਆ ਟੈਕਸ ਜਿਹਦਾ ਪੈਸਾ ਜਿਹੜਾ ਲੋਕਾਂ ਦਾ ਹੀ ਉੱਪਰ ਯੂਜ਼ ਹੋਣਾ ਚਾਹੀਦਾ। ਇਹਨਾਂ ਨੇ ਜਿਹੜਾ 10 ਲੱਖ ਦਾ, ਜਿਹੜਾ 15 ਲੱਖ ਦਾ, 20 ਲੱਖ ਚ ਕੰਮ ਮੁੱਕਣਾ ਸੀ, ਇਹਨਾਂ ਨੇ 40 ਲੱਖ ਦਾ ਟੈਂਡਰ ਦਿੱਤਾ। ਪਹਿਲੇ ਦੇ ਜਵਾਬ ਦਿਓ, ਇੱਥੇ ਟਾਇਲ ਲਾਣੀ ਜ਼ਰੂਰੀ ਸੀ ਕਿਆ? ਜਿਹੜਾ ਦੋ ਦਿਨ ਚ ਕੰਮ ਹੁੰਦਾ ਹੈ ਕਿਆ ਉਹ ਇੱਕ ਮਹੀਨਾ ਹੋ ਗਿਆ ਕੰਮ ਲੱਗੇ ਦੇ? ਦਸ਼ਾ ਦੇਖ ਲਓ ਰੋਡ ਦੀ, ਦੁਕਾਨਦਾਰ ਫਾਕੇ ਮਾਰੇ ਕਰਦੇ ਸਾਰੇ, ਇਹ ਕੋਈ ਗੱਲ ਨਹੀਂ ਬਣਦੀ। ਮੇਰੀ ਪ੍ਰਸ਼ਾਸਨ ਅੱਗੇ ਅਪੀਲ ਹੈ, ਮੰਗ ਹੈ, ਮੈਂ ਮੰਗ ਕਰਦਾ ਕਿ ਜਲਦ ਤੋਂ ਜਲਦ ਰੋਡ ਕੰਪਲੀਟ ਕੀਤਾ ਜਾਏ ਤਾਂ ਕਿ ਦੁਕਾਨਦਾਰ ਵੀ ਸੁਖੀ ਹੋਣ ਔਰ ਆਉਣ ਜਾਣ ਵਾਲੇ ਜਿਹੜੇ ਪਿੰਡੂ ਲੋਕ ਨੇ, ਜਿਹੜਾ ਪਿੰਡਾਂ ਦੇ ਲੋਕ ਨੇ, ਸਾਡੇ ਭੈਣ ਭਰਾ ਜਿਹੜੇ ਆਉਂਦੇ ਨੇ ਬਾਹਰੋਂ ਮਾਰਕੀਟ ਸ਼ੋਪਿੰਗ ਕਰਨ, ਉਹ ਵੀ ਬਹੁਤ ਪਰੇਸ਼ਾਨ ਨੇ। ਕੱਲ੍ਹ ਪਰਸੋਂ 3-4 ਕੁੜੀਆਂ ਡਿੱਗ ਪਈਆਂ, ਰੋਜ਼ ਕੋਈ ਨਾ ਕੋਈ ਡਿੱਗਦਾ ਹੁੰਦਾ ਇੱਥੇ, ਠੀਕ ਹੈ ਨਾ? ਅਤੇ ਸਾਡੇ ਪ੍ਰਸ਼ਾਸਨ ਕੋਲ ਮੰਗ ਹੈ ਵੀ ਜਲਦ ਤੋਂ ਜਲਦ ਕੰਮ ਕੰਪਲੀਟ ਕੀਤਾ ਜਾਏ। ਅਗਰ ਇਹ ਕੰਮ ਕੱਲ੍ਹ ਨਹੀਂ ਸ਼ੁਰੂ ਕੀਤਾ ਗਿਆ ਫਿਰ ਅਸੀਂ ਬਾਹਰੀ ਮਾਰਕੀਟ ਵਾਲੇ ਦੱਸਾਂਗੇ ਕਿ ਇੱਥੇ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਇਹ ਪ੍ਰਸ਼ਾਸਨ ਨੂੰ ਮੰਗ ਵੀ ਹੈ ਔਰ ਚੇਤਾਵਨੀ ਵੀ ਹੈ। ਕਮੇਟੀ ਘਰ ਜਾ ਕੇ ਅਸੀਂ ਸਾਰਾ ਸੰਘਰਸ਼ ਪੂਰਾ ਤੇਜ਼ ਕਰਾਂਗੇ ਔਰ ਸਾਡੀ ਬੇਨਤੀ ਹੈ, ਸਾਡੀ ਅਪੀਲ ਨੂੰ ਸੁਣਿਆ ਜਾਏ ਔਰ ਜਲਦ ਤੋਂ ਜਲਦ ਮਾਰਕੀਟ ਦਾ, ਰੋਡ ਦਾ ਕੰਮ ਕੰਪਲੀਟ ਕੀਤਾ ਜਾਏ, ਨਹੀਂ ਤੇ ਇਹਦਾ ਅੰਜਾਮ ਅਸੀਂ ਕੱਲ ਦੱਸਾਂਗੇ। ਹਾਂਜੀ, ਮੈਂ ਦਰਸ਼ਨ ਕੁਮਾਰ, ਇੱਕ ਆਮ ਨਾਗਰਿਕ ਹਾਂ। ਜਿਹੜਾ ਕੀ ਹੈ ਸਾਨੂੰ ਨੀ ਪਤਾ ਹੈਗਾ ਠੇਕਾਦਾਰਾਂ ਦਾ ਪ੍ਰੋਫਿਟ ਕੱਢਣਾ ਹੈਗਾ ਜਾਂ ਕੀ ਹੈਗਾ, ਸਾਨੂੰ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ। ਜਿਹੜਾ ਕਿ ਸੜਕ ਦਾ ਇੱਕ ਦਿਨ ਦਾ ਕੰਮ ਕੰਪਲੀਟ ਹੋਣ ਵਾਲਾ, ਦੋ ਦਿਨ ਦਾ ਹੀ ਹੈ, ਇੱਕ ਮਹੀਨੇ ਵਿੱਚ ਸਾਰੇ ਹੀ ਦੁਕਾਨਦਾਰ ਭੁੱਖੇ ਮਰਨ ਤੇ ਆ ਗਏ ਆ। ਇਹ ਸੜਕ ਦੇ ਕਰਕੇ ਕੋਈ ਵੀ ਦੁਕਾਨ ਤੇ ਕੋਈ ਕਸਟਮਰ ਨਹੀਂ ਆ ਰਿਹਾ, ਇੱਥੋਂ ਤੱਕ ਕਿ ਸਾਰੇ ਦੁਕਾਨਦਾਰਾਂ ਨੂੰ ਹੱਥ ਜੋੜ ਜੋੜ ਕੇ ਕਸਟਮਰ ਆ ਗਏ ਵੀ ਇੱਥੇ ਸੱਦਣਾ ਪੈਂਦਾ, ਫਿਰ ਵੀ 1 ਰੁਪਏ ਦੀ ਕੋਈ ਆਸ ਨਹੀਂ ਹੈਗੀ ਕਿਤੇ ਵੀ, ਸਾਰੇ ਹੀ ਭੁੱਖੇ ਮਰਨ ਤੇ ਆਏ ਹੈਗੇ ਆ। ਇਹ ਸਾਰਾ ਹੀ ਕਸੂਰ ਹੈਗਾ ਨਗਰ ਕੌਂਸਲ ਕਮੇਟੀ ਦਾ, ਠੀਕ ਹੈ ਨਾ? ਜੇਕਰ ਦੋ ਦਿਨ ਦਾ ਕੰਮ ਸੀ ਤੇ ਇਹ ਹਫ਼ਤਾ ਲਾਉਣ ਦਾ ਜਾਂ ਮਹੀਨੇ ਵਿੱਚ ਕੰਪਲੀਟ ਕਰਨ ਦਾ ਕਿਹੜਾ ਰੀਜ਼ਨ ਹੈਗਾ ਆ, ਠੀਕ ਹੈ ਨਾ? ਇਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਸਰਕਾਰ ਪੈਸਾ ਖਾ ਰਹੀ ਹੈ ਜਾਂ ਕਿੱਧਰੋਂ ਆ ਰਿਹਾ ਕਿਹਦਾ ਨਹੀਂ ਹੈਗਾ। ਸਾਡਾ ਸਿਰਫ ਮੇਨ ਰੀਜ਼ਨ ਇਹ ਹੈਗਾ ਆ, ਹਫ਼ਤੇ ਦੇ ਅੰਦਰ ਅੰਦਰ ਸਾਡਾ ਰੋਡ ਕੰਪਲੀਟ ਕੀਤਾ ਜਾਵੇ ਤੇ ਸਾਰੇ ਹੀ ਦੁਕਾਨਦਾਰ ਆਪਣੇ ਘਰਾਂ ਵਿੱਚ ਵਿਚਾਰੇ ਕੁਝ ਕਮਾ ਕੇ ਤੇ ਆਪਣੇ ਬੱਚਿਆਂ ਦੀ ਰੋਟੀ ਰੋਟੀ ਸ਼ੁਰੂਆਤ ਕਰ ਸਕਣ। ਇੱਕ ਪਾਸੇ ਸਾਨੂੰ ਕੋਰੋਨਾ ਨੇ ਮਾਰਿਆ ਦਾ ਸੀ, ਇੱਕ ਪਾਸੇ ਹੁਣ ਸਾਨੂੰ ਸਰਕਾਰਾਂ ਇਹਨਾਂ ਕੋ ਮਾਰਨ ਤੇ ਆ ਗਈਆਂ ਹੈਗੀਆਂ ਨਾ, ਤੇ ਆਮ ਬੰਦਾ ਆਪਣਾ ਕਿਤੇ ਵੀ ਕੋਈ ਗੁਜ਼ਾਰਾ ਨਹੀਂ ਕਰ ਸਕਦਾ, ਠੀਕ ਹੈ ਨਾ? ਜੇਕਰ ਹਫ਼ਤੇ ਦੇ ਵਿੱਚ ਇਹ ਰੋਡ ਕੰਪਲੀਟ ਹੁੰਦਾ ਠੀਕ ਹੈ, ਨਹੀਂ ਤੇ ਅਸੀਂ ਸਾਰੇ ਹੀ ਰਲ ਕੇ ਇਹੋ ਜਿਹਾ ਸੰਘਰਸ਼ ਕਰਾਂਗੇ, ਕਮੇਟੀ ਨੂੰ ਕੰਨਾਂ ਨੂੰ ਹੱਥ ਲਵਾਉਣ ਤੇ ਅਸੀਂ ਮਜਬੂਰ ਹੋ ਜਾਵਾਂਗੇ। ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਖੁਦ ਕਮੇਟੀ ਹੋਵੇਗੀ। ਧੰਨਵਾਦ। ਰਾਗੀ ਹੋਮ ਡੈਕੋਰ, ਗਿਵ ਯੋਰ ਹੋਮ ਆਫਿਸਿਸ ਇੰਟੀਰੀਅਰ ਐਂਡ ਐਕਸਟੀਰੀਅਰ ਵਾਲਸ, ਸੀਲਿੰਗ, furniture and door panel, an elegant look. Expert in UV PVC wall, wallpapers, partition jali, wood flooring. आपकी काल्पनिक सोच को उतारे आकार में और आकार सवारे आपके घरों, दफ्तरों और किसी भी प्रकार के व्यवसायिक स्थलों को 100% इको फ्रेंडली, 100% मॉइस्चर प्रूफ, 100% टर्माइट प्रूफ, एक्सीलेंट वेदर एबिलिटी, साउंड रिड्यूसिंग, फायर रिटार्डेंट, रिसाइकलेबल एंड लाइटवेट जैसी खूबियों से भरी शीट्स, बेहतर व आधुनिक पसंद के लिए याद रखें
Ragi Home Decor, care of Ragi Distributors and Promoters, Ward Number 11, near Novelty Mall, Mamoon Road, Pathankot. Contact us on 954006113.